2024 ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਬਕਾ ਲੋਕ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ 'ਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਚਰਚਾ ਨੂੰ ਲੈ ਕੇ ਬਾਜ਼ਾਰ ਗਰਮ ਹੋ ਗਿਆ ਹੈ ਕਿ ਇੱਕ ਵਾਰ ਫਿਰ ਤੋਂ ਅਵਿਨਾਸ਼ ਰਾਏ ਖੰਨਾ ਲੋਕ ਸਭਾ ਹਲਕੇ ਤੋਂ ਚੋਣਾਂ ਲੜਨਗੇ। ਅੱਜ ਵੀ ਉਹਨਾਂ ਨੰਗਲ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਕੇ ਵਰਕਰਾਂ ਦੀ ਨਬਜ਼ ਨੂੰ ਮਹਿਸੂਸ ਕੀਤਾ। ਤੁਹਾਨੂੰ ਦੱਸ ਦਈਏ ਕਿ ਅਵਿਨਾਸ਼ ਰਾਏ ਖੰਨਾ ਇੱਕ ਵਾਰ ਹੁਸ਼ਿਆਰਪੁਰ ਪਾਰਲੀਮਾਨੀ ਹਲਕੇ ਤੋਂ ਜਿੱਤੇ ਸਨ ਅਤੇ ਇਸ ਤੋਂ ਇਲਾਵਾ ਉਹ ਵੀ ਰਾਜ ਸਭਾ ਦੇ ਮੈਂਬਰ ਸੀ। ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਸੋਨੂ ਥਾਪਰ ਦੀ ਨੰਗਲ ਤੋਂ ਵਿਸ਼ੇਸ਼ ਰਿਪੋਰਟ। ਇਲਾਕੇ 'ਚ ਕਾਫੀ ਦੌਰੇ ਹੋ ਰਹੇ, ਚਰਚਾਵਾਂ, ਬਾਜ਼ਾਰ ਗਰਮ ਹੈ ਕਿ ਇਲੈਕਸ਼ਨ ਲੜ ਰਹੇ ਹੋ ਇਸ ਵਾਰ? ਨਹੀਂ, ਬੀਜੇਪੀ ਲੜੇਗੀ ਇਲੈਕਸ਼ਨ? ਕੌਣ ਲੜੇਗਾ ਇਹ ਪਾਰਟੀ ਤੈਅ ਕਰੇਗੀ। ਹਾਂ, ਤੁਹਾਡੀ ਤਿਆਰੀ ਹੈ? ਪਾਰਟੀ ਕਹੇਗੀ ਤਾਂ ਜ਼ਰੂਰ ਲੜਾਂਗੇ। ਹਾਂ ਹਾਂ, ਅਤੇ ਸਰ ਵੈਸੇ ਤੁਸੀਂ ਜਿਹੜੇ ਆਮ ਕਾਰਿਆਕਰਤਾ ਮਿਲੇ ਹੋ, ਕਿੱਦਾਂ ਦਾ ਉਤਸ਼ਾਹ ਲੱਗਦਾ? ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਪਾਰਟੀ ਜਿਹੜੀ ਹੈ ਨਾ ਕਾਫੀ ਗ੍ਰਾਫ। ਦੇਖੋ, ਇੱਕ ਗੱਲ ਤਾਂ ਕਨਫਰਮਡ ਹੈ ਕਿ ਨਰਿੰਦਰ ਮੋਦੀ ਜੀ ਦੇ ਨੇਤਰਤਵ 'ਚ ਅੱਜ ਬੂਥ 'ਤੇ ਬੈਠਾ ਵਰਕਰ ਵੀ ਬੜਾ ਉਤਸ਼ਾਹਿਤ ਹੈ। ਉਹਦੇ ਕੀ ਕਾਰਨ ਹੈ? ਇੱਕ ਤਾਂ ਸਕਸ਼ਮ ਨੇਤਰਤਵ ਹੈ, ਦੂਸਰੀ ਗੱਲ ਜਿਹੜੀਆਂ ਪੋਲਿਸੀਜ਼ ਨੇ ਉਹ ਬਹੁਤ ਹੀ ਲੋਕਾਂ ਦੇ ਹਿੱਤ ਦੀਆਂ ਪੋਲਿਸੀਜ਼ ਨੇ। ਵਰਕਰ ਇਹ ਗੱਲ ਕਹਿ ਸਕਦਾ ਕਿ ਇਸ ਪਿੰਡ ਦੇ ਵਿੱਚ ਮੋਦੀ ਜੀ ਨੇ ਆਹ ਕੰਮ ਕੀਤਾ, ਆਹ ਕੰਮ ਕੀਤਾ। ਉਦਾਹਰਨ ਦੇ ਰਿਹਾ ਮੈਂ, ਹਰ ਪਿੰਡ ਨੂੰ ਡਾਇਰੈਕਟ ਟ੍ਰਾਂਸਫਰ ਜਿਹੜੀ ਹੋ ਰਹੀ ਹੈ ਫੰਡਸ ਦੀ, 10-20 ਲੱਖ ਰੁਪਏ ਲੈ ਕੇ 1 ਕਰੋੜ ਤੋਂ ਉੱਪਰ ਤੱਕ ਦੀ ਹੋ ਰਹੀ ਹੈ। ਕਿਸੇ ਵੀ ਪਿੰਡ 'ਚ ਮੋਦੀ ਜੀ ਨੇ ਕੋਈ ਬਿਨਾਂ ਭੇਦਭਾਵ ਤੋਂ ਲੋਕਾਂ ਨੂੰ ਪਾਪੂਲੇਸ਼ਨ ਦੇ ਹਿਸਾਬ ਨਾਲ, ਕੰਮ ਦੇ ਹਿਸਾਬ ਨਾਲ ਜਿਹੜਾ ਪੈਸਾ ਹੈ ਉਹ ਡਾਇਰੈਕਟ ਉਹਨਾਂ ਦੇ ਅਕਾਊਂਟ 'ਚ ਆ ਰਿਹਾ। ਹੁਣੇ ਜਿਹੜੇ ਗੈਸ ਦੇ ਰੇਟ ਘਟਾਏ ਆ, ਉਹ ਵੀ ਇੱਕ ਰੱਖੜੀ ਉੱਤੇ ਬਹੁਤ ਵੱਡਾ ਇੱਕ ਤੋਹਫਾ ਜਿਹੜਾ ਸੀ, ਬਹੁਤ ਵੱਡਾ ਇੱਕ ਬੈਨੀਫਿਟ ਸੀਗਾ, ਉਹ ਬੈਨੀਫਿਸ਼ੀਅਰ ਨੂੰ ਵੀ ਆਮ ਲੋਕਾਂ ਨੂੰ ਵੀ ਦਿੱਤਾ ਹੈਗਾ। ਸੋ ਜਿਹੜੀਆਂ ਪੋਲਿਸੀਜ਼ ਨੇ, ਆਯੁਸ਼ਮਾਨ ਭਾਰਤ ਕਾਰਡ ਹੈ, ਅੱਜ ਜਿਹੜਾ ਚੰਡੀਗੜ੍ਹ ਹੈ PGI, ਇਹ ਇੰਡੀਆ ਦਾ ਸੈਕਿੰਡ ਨੰਬਰ ਦਾ ਹੋਸਪਿਟਲ ਬਣ ਗਿਆ ਜਿਹਨੇ ਆਯੁਸ਼ਮਾਨ ਭਾਰਤ ਕਾਰਡ ਦੇ ਲੋਕਾਂ ਨੂੰ ਇੰਟਰਟੇਨਮੈਂਟ ਦਾ ਇਲਾਜ ਕੀਤਾ। ਸੋ ਵਿਸ਼ਵਕਰਮਾ ਯੋਜਨਾ ਸ਼ੁਰੂ ਹੋ ਰਹੀ ਹੈ, ਉਹਦੇ ਵਿੱਚ 17 ਤਰੀਕ ਨੂੰ ਬਹੁਤ ਵੱਡੀਆਂ ਆਮ ਲੋਕਾਂ ਵਾਸਤੇ, OBC ਕਮਿਊਨਿਟੀ ਜਿਹੜੀ ਹੈ ਉਹਨਾਂ ਦੇ ਵਾਸਤੇ ਇੱਕ ਮੋਦੀ ਜੀ ਦਾ ਜੋ ਵਿਜ਼ਨ ਮਨ ਹੈ, ਜੋ ਉਹਨਾਂ ਦਾ ਸੋਚ ਹੈ, ਉਹ ਵੀ ਇੱਕ ਕੰਮ ਕਰੀ। ਛੋਟੇ ਲੋਨ ਜਿਹੜੇ ਰੇਹੜੀ ਫਟਰੀ ਤਾਂ ਹੋਰ ਕੁਛ ਰਿਕਸ਼ਾ ਲਾਉਂਦੇ ਨੇ, ਉਹਨਾਂ ਦੇ ਲੋਨ ਵੀ ਜਿਹੜੇ ਨੇ ਉਹ ਵੀ ਇੰਨੇ ਕੁ ਵੰਡਤੇ ਹੈ, ਉਹਨਾਂ ਦੀ ਰਿਕਵਰੀ ਬਹੁਤ ਹੋ ਰਹੀ ਹੈ। ਔਰ ਤੁਸੀਂ ਇਸ ਗੱਲ 'ਤੇ ਵੀ ਹੈਰਾਨ ਹੋਵੋਗੇ, ਜਦੋਂ ਅਸੀਂ ਇਹ ਸੋਚਿਆ ਸੀਗਾ ਕਿ ਜੀਰੋ ਬੈਲੈਂਸ ਨਾਲ ਕੀ ਬਣੂਗਾ, ਅੱਜ ਉਸ ਜੀਰੋ ਬੈਲੈਂਸ ਦੇ ਅਕਾਊਂਟਾਂ ਦਾ ਕਰੋੜਾਂ ਰੁਪਇਆ ਜਿਹੜਾ ਹੈ ਉਹਨਾਂ 'ਚ ਜਮ੍ਹਾਂ ਹੋ ਕੇ ਉਹ ਦੇਸ਼ ਦੇ ਵਿਕਾਸ ਵਾਸਤੇ ਲੱਗ ਰਿਹਾ। ਸੋ ਇੱਕ ਸਕਸ਼ਮ ਨੇਤਰਤਵ ਜਿਹੜਾ ਹੈ, G20 ਜੋ ਹੋਇਆ, ਪਹਿਲਾਂ ਵੀ ਹੋਏ ਆ, ਲੇਕਿਨ ਇਹ ਜਿਹੜਾ G20 ਹਿੰਦੁਸਤਾਨ 'ਚ ਹੋਇਆ, ਇਹ ਇੱਕ ਆਪਣੀ ਅਲੱਗ ਛਾਪ ਛੱਡ ਕੇ ਗਿਆ। ਸਰ, ਤੁਸੀਂ ਸਿਲੰਡਰ ਦੀ ਗੱਲ ਕੀਤੀ, ਗੈਸ ਸਿਲੰਡਰ 200 ਘਟਾਏ, ਲੇਕਿਨ ਵਿਪਕਸ਼ ਦਾ ਇਹ ਵੀ ਕਹਿਣਾ ਕਿ ਵਧਾਏ 600-700 ਘਟਾਏ 200 ਹੈ। ਦੇਖੋ, ਵਿਪਕਸ਼ ਨੂੰ ਕਿਹਾ ਹੈ ਕਿ ਜਿਨ੍ਹਾਂ ਨੂੰ ਚੰਦ 'ਚ ਵੀ ਦਾਗ ਨਜ਼ਰ ਆਉਂਦਾ ਨਾ, ਉਹ ਦੇਖ ਲਓ ਵੀ ਚੰਦ ਠੰਡ ਕਿੰਨੀ ਦਿੰਦਾ ਅਤੇ ਰੋਸ਼ਨੀ ਕਿੰਨੀ ਦਿੰਦਾ। ਸਰ, ਅੱਜ ਕੱਲ੍ਹ ਸਨਾਤਨ ਦਾ ਜਿਹੜਾ ਮੁੱਦਾ ਬੜਾ ਛਾਇਆ ਪਿਆ, ਅਫਸੋਸ ਨਾਲ ਕਹਿਣਾ ਪੈ ਰਿਹਾ, ਜਿਸ ਸਨਾਤਨ ਧਰਮ, ਸਨਾਤਨ ਦਾ ਮਤਲਬ ਕਿਆ ਹੁੰਦਾ? ਸਭ ਤੋਂ ਪੁਰਾਣਾ, ਸਨਾਤਨ ਪੁਰਾਤਨ, ਜਿਹਨੂੰ ਅੰਗਰੇਜ਼ ਮੁਗਲ ਨਹੀਂ ਖਤਮ ਕਰ ਸਕੇ, ਕਿਆ ਤਾਮਿਲਨਾਡੂ ਦਾ ਇੱਕ ਮਿਨਿਸਟਰ ਉਹਨੂੰ ਖਤਮ ਕਰ ਸਕਦਾ? ਇਹ ਇੱਕ ਸਨਾਤਨ ਧਰਮ ਹੈ, ਇਹਦੀਆਂ ਜੜ੍ਹਾਂ ਜਿਹੜੀਆਂ ਨੇ ਇਹ ਪਤਾਲ ਤੱਕ ਹੈ, ਔਰ ਇਸ ਧਰਮ 'ਚੋਂ ਬਹੁਤ ਸਾਰੇ ਪੰਥ ਨਿਕਲੇ ਨੇ, ਤਾਂ ਇਸ ਨੂੰ ਕੋਈ ਖਤਰਾ ਨਹੀਂ। ਲੇਕਿਨ ਹੋਛੀ ਨਾਲ, ਰਾਜਨੀਤੀ ਨਾਲ ਇਹ ਲੋਕ ਸਨਾਤਨ 'ਤੇ ਅਟੈਕ ਕਰ ਰਹੇ ਨੇ, ਲੇਕਿਨ ਭਾਰਤ ਦੀ ਜਨਤਾ ਜਿਹੜੀ ਹੈ ਉਹ ਇਹਦਾ ਜਵਾਬ ਆਉਣ ਵਾਲੇ ਇਲੈਕਸ਼ਨ 'ਚ ਇਹਨਾਂ ਨੂੰ ਜ਼ਰੂਰ ਦੇਵੇਗੀ। ਸਰ, ਕੇਂਦਰ 'ਚ ਬਹੁਮਤ ਦੀ ਸਰਕਾਰ ਤੁਹਾਡੀ, ਜਿਹੜੇ ਸਨਾਤਨ ਦੇ ਖਿਲਾਫ਼ ਇੰਨਾ ਕੁਛ ਬੋਲਦੇ, ਕਿਉਂ ਕਾਰਵਾਈ ਨਹੀਂ ਹੁੰਦੀ? ਇਹ ਵੀ ਤਾਂ ਲੋਕਾਂ ਦੇ ਦਿਲਾਂ 'ਚ। ਦੇਖੋ, ਕਾਰਵਾਈ ਕਰਨਾ ਹੁੰਦਾ ਲੋਕਲ ਸਰਕਾਰਾਂ ਦਾ, ਕੇਂਦਰ ਸਰਕਾਰ ਦਾ ਮਸਲਾ ਨਹੀਂ ਇਹ। ਲਾਅ ਐਂਡ ਆਰਡਰ ਮੇਨਟੇਨ ਰੱਖਣਾ ਇਹ ਲੋਕਲ ਗਵਰਨਮੈਂਟ, ਜਿੱਥੇ ਉਹਨਾਂ ਨੇ ਬਿਆਨ ਦਿੱਤਾ ਉੱਥੇ ਹੈ, ਲੇਕਿਨ ਉਹਨਾਂ ਦੇ ਖਿਲਾਫ਼ ਕਾਰਿਆਕਰਤਾਵਾਂ ਨੇ ਪਰਚੇ ਰਜਿਸਟਰ ਕਰਾਏ ਆ, ਆਪੇ ਕਾਰਵਾਈ ਹੋ ਜਾਏਗੀ। ਕਹਿੰਦਾ ਜੀ, ਤੁਸੀਂ PGI ਦੀ ਗੱਲ ਕੀਤੀ, ਤੁਸੀਂ PGI ਹੁਣੇ ਮੀਟਿੰਗ ਕੀਤੀ ਹੈ ਵਿਕਲਾਂਗਾਂ ਨੂੰ ਲੈ ਕੇ, ਕੀ ਮੁੱਦਾ ਰਿਹਾ ਜੀ ਸਾਰਾ ਉਹ ਜਿਹੜਾ ਤੁਸੀਂ ਉੱਥੇ ਜਾ ਕੇ ਮੀਟਿੰਗ? ਮੈਂ ਬੜੇ ਚੰਗਾ ਸਵਾਲ ਤੁਸੀਂ ਪੁੱਛਿਆ, ਤੁਹਾਡਾ ਧੰਨਵਾਦ ਕਰਦਾ। ਹਿੰਦੁਸਤਾਨ 'ਚ 3 ਕਰੋੜ ਦੇ ਕਰੀਬ ਵਿਕਲਾਂਗ ਨੇ ਅਤੇ ਵਿਅੰਗ ਨੇ, ਜਿਹ 'ਚ ਮੈਂਟਲੀ ਟਾਰਡਰ ਬੱਚੇ ਵੀ ਨੇ, ਜਿਹ 'ਚ ਹੋਰ ਅਲਾਮਤਾਂ ਉਹ ਵੀ ਬੱਚੇ ਨੇ। ਇੱਕ 2016 ਦੇ ਵਿੱਚ ਡਿਸਬਿਲਿਟੀ ਪਰਸਨਸ ਵਾਸਤੇ ਐਕਟ ਪਾਸ ਹੋਇਆ ਸੀ, ਉਹਨਾਂ ਦੇ ਬੈਨੀਫਿਟ ਵਾਸਤੇ। ਸੈਕਸ਼ਨ 25C ਇਹ ਡਿਮਾਂਡ ਕਰਦਾ ਕਿ ਜਦੋਂ ਵੀ ਵਿਕਲਾਂਗ ਦਿਵਿਆਂਗ ਹੋਸਪਿਟਲ ਜਾਵੇ ਤਾਂ ਉਹਨੂੰ ਪਰਚੀ ਬਣਾਉਣ ਲਈ, ਉਹਨੂੰ ਡਾਕਟਰ ਦੇਖਣ ਲਈ ਔਰ ਉਹਨੂੰ ਮੈਡੀਸਨ ਦੇਣ ਲਈ ਪ੍ਰਾਇਓਰਟੀ ਹੋਣੀ ਚਾਹੀਦੀ ਹੈ, ਉਹਨੂੰ ਵੇਟ ਨਹੀਂ ਕਰਨਾ ਚਾਹੀਦਾ।
ਹੁਣ ਮੰਨ ਲਓ ਇੱਕ ਸਪੈਸ਼ਲ ਬੱਚਾ ਹੋਸਪਿਟਲ ਜਾਂਦਾ ਤਾਂ ਆਪਾਂ ਸਮਝ ਸਕਦੇ ਹਾਂ, ਜੇ ਤੁਸੀਂ ਕਦੀ ਤੁਸੀਂ ਦੇਖਿਆ ਹੋਵੇ ਉਹ ਬੱਚਾ ਬੜਾ ਹਾਈਪਰ ਹੁੰਦਾ, ਉਹਨੂੰ ਕੰਟਰੋਲ ਕਰਨਾ ਬੜਾ ਮੁਸ਼ਕਲ ਹੁੰਦਾ। ਜੇ ਉਹਨੂੰ 2 ਘੰਟੇ ਮਾਂ ਬਾਪ ਨੂੰ ਲੈ ਕੇ ਹੋਸਪਿਟਲ ਖੜ੍ਹਾ ਹੋਣਾ ਪਵੇ ਤਾਂ ਉਹਦੇ ਬੜੀ ਵਾਸਤੇ ਬੜੀ ਮੁਸ਼ਕਲ ਹੈ। ਤਾਂ ਇਸ ਕਰਕੇ ਮੈਂ ਉਹਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ ਇਸ ਐਕਟ ਨੂੰ ਲਾਗੂ ਕਰਕੇ ਪੀਜੀਆਈ ਦੇ ਵਿੱਚ ਪਰਚੀ ਬਣਾਉਣਾ, ਡਾਕਟਰ ਦਾ ਦੇਖਣਾ ਔਰ ਦਵਾਈ ਦੇਣਾ, ਇਹ ਪ੍ਰਾਇਓਰਟੀ 'ਤੇ ਰੱਖੋ। ਔਰ ਉਹਨੇ ਬੜੀ ਹੈਪੀਲੀ ਮੰਨਿਆ ਕਿ ਐਕਟ ਅਸੀਂ ਲਾਗੂ ਕਰਾਂਗੇ। ਕਹਿੰਦੇ ਕਦਵਾਰ ਨੇਤਾ ਉਹ ਬੀਜੇਪੀ 'ਚ ਬਹੁਤ ਵੱਡਾ ਤੁਹਾਡਾ ਅਹੁਦਾ ਹੈ, ਲੇਕਿਨ ਬੀਜੇਪੀ ਜਿਹੜੀ ਆਪਸੀ ਫੁੱਟ ਜਿਹੜੀ ਹਮੇਸ਼ਾ ਜਗਜਾਰ ਹੁੰਦੀ ਰਹੀ ਹੈ। ਗੱਲ ਕਰ ਲਈਏ ਵਰਿੰਦਾਵਨ ਟ੍ਰੇਨ ਹੁਸ਼ਿਆਰਪੁਰ 'ਤੇ ਚੱਲੀ ਸੀ, ਉੱਥੇ ਵੀ ਵਿਵਸਥਾ 'ਚ ਘਾਟ ਨਜ਼ਰ ਆਈ ਸੀਗੀ, ਕੀ ਕਾਰਨ ਰਿਹਾ ਜੀ ਉੱਥੇ? ਦੇਖੋ ਕਾਰਨ ਕੁਛ ਨਹੀਂ ਹੈ, ਵਰਿੰਦਾਵਨ ਟ੍ਰੇਨ ਚੱਲੀ ਹੈ ਆਗਰਾ ਤੱਕ ਚੱਲੀ ਹੈ ਹੁਸ਼ਿਆਰਪੁਰ ਤੋਂ, ਸਭ ਲੋਕਾਂ ਦਾ ਯੋਗਦਾਨ ਹੈ। ਲੋਕਾਂ 'ਚ ਉਤਸ਼ਾਹ ਸੀਗਾ, ਤੁਸੀਂ ਉਤਸ਼ਾਹ ਵੀ ਦੇਖੋ ਨਾ ਕਿੰਨਾ ਸੀਗਾ। ਅਵਿਵਸਥਾ ਕੁਛ ਰੇਲਵੇ ਵੱਲੋਂ ਰਹੀ ਹੈ, ਉਹਨਾਂ ਨੇ ਠੀਕ ਕਰਤੀ ਗੱਲ, ਅੱਛਾ ਕਾਰਜਕ੍ਰਮ ਹੋ ਗਿਆ। ਸਰ ਸੰਭਾਵੀ ਉਮੀਦਵਾਰਾਂ ਦੇ ਦੌਰੇ ਲਗਾਤਾਰ ਸ਼ੁਰੂ ਹੋ ਗਏ 2024 ਦੀਆਂ ਚੋਣਾਂ ਨੂੰ ਲੈ ਕੇ, ਲੋਕਾਂ 'ਚ ਆਮ ਚਰਚਾ ਵੀ ਕੋਈ ਵੀ ਹਾਕਮ ਵਜ਼ੀਰ ਆਉਂਦਾ, ਕੋਈ ਵੱਡਾ ਸਿਆਸਤਦਾਨ ਆਉਂਦਾ, ਉਹਨੂੰ ਇਹੀ ਪੁੱਛਿਆ ਜਾਵੇ ਵੀ ਕਿ MP ਦੇ ਕੰਮ ਕਿਆ ਹੁੰਦੇ, ਕਿਆ ਜਿੱਤਣ ਤੋਂ ਬਾਅਦ ਉਹ ਕਰਦਾ ਆਪਣੇ ਹਲਕੇ ਵਿੱਚ ਕੰਮ ਜਾਂ ਨਹੀਂ? ਹਾਂ ਦੇਖੋ, ਇਹ ਜਦੋਂ ਤੁਸੀਂ ਵੋਟਾਂ ਪਾਈਆਂ ਨਾ ਪਿਛਲੀ ਵਾਰ, ਜਦੋਂ ਉਹ ਆਉਣਗੇ ਨਾ ਉਹਨੂੰ ਸਵਾਲ ਪੁੱਛਿਓ। ਠੀਕ ਹੈ, ਨਹੀਂ ਪੁੱਛਿਆ ਸੀ ਕਿ ਅਸੀਂ ਤਿਵਾੜੀ ਸਾਹਿਬ ਆਏ ਸੀਗੇ, ਉਹ ਕਹਿੰਦੇ ਵੀ MP ਦਾ ਕੰਮ ਤਾਂ ਇਹ ਵੀ ਮੁਲਕ ਦੀ ਸੇਵਾ ਕਰਨਾ, ਹਾਲਾਂਕਿ ਹਲਕੇ ਬਾਰੇ ਨਹੀਂ ਉਹਨਾਂ ਨੇ ਕੀਤਾ, ਜਾਣ ਕਿ ਕਾਨਫਰੰਸ ਤਾਂ ਹਲਕੇ 'ਚੋਂ ਹੀ ਹੈ। ਦੇਖੋ ਇਸ ਤਰੀ ਗੱਲ ਹੈ, ਮੁਲਕ ਦੇ ਵਿੱਚ ਜਨਤਾ ਵੀ ਆਉਂਦੀ ਹੈ, ਜਨਤਾ ਦੇ ਇਸ਼ੂ ਵੀ ਆਉਂਦੇ ਆ। ਅੱਜ ਹੁਣੇ ਮੈਨੂੰ ਇੱਕ ਮੇਰਾ ਕੋਈ ਪੁਰਾਣਾ ਸਵਾਲ ਲੈ ਕੇ ਲੋਕ ਮਿਲੇ ਆ ਕਿ ਜੀ ਤੁਹਾਡਾ ਸਵਾਲ ਹਲੇ ਤੱਕ ਘੁੰਮ ਰਿਹਾ ਉਹ, ਠੀਕ ਹੈ ਨਾ? ਅਤੇ ਇਸ ਕਰਕੇ ਮੈਂਬਰ ਪਾਰਲੀਮੈਂਟ ਕੋਲ, ਪਾਰਲੀਮੈਂਟ 'ਚ ਜਿੱਥੇ ਕਾਨੂੰਨ ਬਣਦੇ ਆ ਉੱਥੇ ਬੈਠ ਕੇ ਬਹੁਤ ਸਾਰੇ ਰਾਈਟਸ ਹੁੰਦੇ ਆ ਜਿਹੜੇ ਉੱਥੇ ਬੈਠ ਕੇ ਉਹ ਆਪਣੀ ਗੱਲ ਨੂੰ ਰੇਜ਼ ਕਰ ਸਕਦਾ। ਹੁਣ ਮੈਂ ਛੋਟੀ ਜਿਹੀ ਗੱਲ ਦੱਸਦਾ, ਲੜਾਈ ਕੇਵਲ ਲੜਨੀ ਪੈਂਦੀ ਹੈ ਚਾਹੇ ਸਰਕਾਰ ਹੈ ਨਹੀਂ ਹੈ। ਹੁਣ ਤੁਸੀਂ ਟ੍ਰੇਨ ਜਾਂਦੀ ਆ ਦੇਖੀਏ, ਸਾਰੀਆਂ ਟ੍ਰੇਨਾਂ ਉੱਤੇ ਭਾਰਤ ਮਾਤਾ ਆਪਣੇ ਦੇਸ਼ ਦਾ ਝੰਡਾ ਹੈਗਾ, ਇਹ ਝੰਡਾ ਲਵਾਉਣ ਲਈ ਮੈਂ 1 ਸਾਲ ਲੜਾਈ ਲੜੀ ਚਾਹੇ ਮੇਰੀ ਸਰਕਾਰ ਸੀ। ਹੁਣ ਤੁਸੀਂ ਸ਼ਤਾਬਦੀ 'ਚ ਗਏ ਹੋ, 1 ਲੀਟਰ ਪਾਣੀ ਦੀ ਬੋਤਲ ਮਿਲਦੀ ਸੀ, ਪਾਣੀ ਬਚਾਉਣਾ ਔਰ ਸਿੰਗਲ ਯੂਜ਼ ਪਲਾਸਟਿਕ ਘੱਟ ਕਰਨਾ, ਮੈਂ 1/2 ਲੀਟਰ ਦੀ ਬੋਤਲ ਨੂੰ ਕਰਵਾਉਣ ਲਈ ਮੈਨੂੰ 8 ਸਾਲ ਲੜਾਈ ਲੜਨੀ ਪਈ ਹੈ। ਜੇ ਤੁਹਾਡੇ ਮਨ 'ਚ ਕਿਸੇ ਦਾ ਮਸਲਾ ਹੱਲ ਕਰਵਾਉਣ ਦੀ ਚਿੰਤਾ ਹੋਵੇ, ਇੱਛਾ ਹੋਵੇ, ਤਾਂ ਉਹ ਹਰ ਬਹੁਤ ਪਲੇਟਫਾਰਮ ਹੁੰਦੇ ਨੇ ਪਾਰਲੀਮੈਂਟ 'ਚ ਵੀ, ਇਕੱਲਾ ਪਾਰਲੀਮੈਂਟ ਨਹੀਂ ਹੈ, ਕਮੇਟੀਆਂ ਨੇ, ਪਟੀਸ਼ਨ ਕਮੇਟੀ ਹੈ। ਅਸੀਂ ਸਵਾਲ ਦੇਣ ਦੇ ਵੀ ਬਹੁਤ ਅਲੱਗ ਸਟਾਰਟ ਸਵਾਲ ਹੈ, ਅਨਸਟਾਰਟ ਸਵਾਲ ਹੈ, 370 ਹੈ, 0 R ਹੈ, ਅਸੀਂ ਬਹੁਤ ਸਾਰੇ ਇਸ਼ੂ ਨੇ, ਜੇ ਬਹੁਤ ਸਾਰੇ ਪਲੇਟਫਾਰਮ ਨੇ ਜਿਹਨਾਂ ਉੱਤੇ ਆਪਣੀ ਗੱਲ ਰੱਖ ਸਕਦੇ ਹਾਂ।